Bismillahirrahmanirrahim. Assalamualaikum. Allah pak de fazal karam to shukr na kaka da dhimya hazir amin kanda mere pampra hai na lo unge te khushbash honge aaj assi bana lenge tawa chicken masala jo bahut hi mazedar hai nu banana bahut hi aasan hai aao ho vena na san ke liye kisi cheez ki zarurat hai te kis tarah taiyar hunda hai to pehle assi do piece kar lenge bismillah ठीक है सीने नो सी ਉਹਨਾਂ ਸੀ ਇਹਨੂੰ ਤਵੇ ਦੇ ਉੱਤੇ ਪਕਾਵਾਂਗੇ ਸਭ ਤੋਂ ਪਹਿਲੇ ਅਸੀਂ ਗੈਸ ਜਲਾ ਲਾਂਗੇ ਪਾਣੀ ਲੈ ਕੇ ਇਹਨੂੰ ਅਸੀਂ ਵਾਸ਼ ਕਰ ਲਾਂਗੇ ਅਤੇ ਧੋ ਲਾਂਗੇ ਅੱਛੀ ਤਰ੍ਹਾਂ दो मिनट ऐसे इन असी ढक देंगे ताकि जरा साफ पानी असी अगर जरा अच्छी तरह जरा वॉश हो जाए ठंडा पानी असी जाया कर देंगे चिकन ले आवेंगे असी सब तो पहले असी चार अदद टमाटर लिते ने उन्हें असी ग्रैंड कर लिता है तीन अदद प्याज नॉर्मली वो भी असी ग्रैंड कर लिता है लहसुन एक खाने चम्मच लहसुन थोड़ा असी पानी ला देंगे थोड़ा जहा अदरक दो दो तीन हरी मिर्चा एक खाने चम्मच लाल मिर्च पाउडर टी स्पून दादन मिर्चा मोटियाँ दा खाने चम्मच नमक ਅਸੀਂ ਢੱਕ ਦਿਆਂਗੇ ਕਮ ਅਜ਼ ਕਮ 7 ਤੋਂ 8 ਮਿੰਟ ਵਾਸਤੇ 8 ਮਿੰਟ ਹੋ ਮਸਾਲਾ ਹਾਂਜੀ ਐ ਦੇਖ ਰਹੇ ਮਸਾਲਾ ਪਾਣੀ ਨਹੀਂ ਪਾਇਆ ਉਸ ਪਰ ਇਹੀ ਮਸਾਲੇ ਥੋੜ੍ਹਾ ਜਿਹਾ ਇਹਨੂੰ ਅਸੀਂ ਖੁਸ਼ ਕਰਾਂਗੇ ਜ਼ਰਾ ਮੁਰਗੀ ਦਾ ਪਾਣੀ ਵੀ ਜਿਹੜਾ ਨਾ ਉਹ ਥੋੜ੍ਹਾ ਖੁਸ਼ਕ ਹੋ ਗਿਆ ਹੈ ਹੁਣ ਅਸੀਂ ਅਦਰਕ ਪਾ ਦਿਆਂਗੇ ਗਾਰਲਿਕ ਬਰੀਕ ਬਰੀਕ ਕੱਟੇ ਹੋਇਆ ਹਰੀ ਮਿਰਚਾਂ ਮਿਰਚ ਮਸਾਲੇ ਉਹ ਤੁਹਾਡੇ 'ਤੇ ਡਿਪੈਂਡ ਕਰਦੇ ਹੋ ਤੁਸੀਂ ਕਿਸ ਤਰ੍ਹਾਂ ਖਾਣੇ ਨੇ ਸਪਾਈਸੀ ਖਾਣਾ ਨੋਰਮਲੀ ਖਾਣਾ ਨਾਲ ਹੀ ਅਸੀਂ 100 ਗ੍ਰਾਮ ਦੇਸੀ ਘੀ ਪਾ ਰਹੇ ਹਾਂ ਦੇਸੀ ਘੀ ਤੁਸੀਂ ਪਾਓ ਪਾ ਸਕਦੇ ਠੀਕ ਹੈ ਪਰ ਦੇਸੀ ਘੀ ਨਹੀਂ ਹੈ ਮੱਖਣ ਪਾ ਲਓ ਮੱਖਣ ਦਾ ਵੀ ਆਪਣਾ ਮਜ਼ਾ ਹੈ ਅਗਰ ਮੱਖਣ ਨਹੀਂ ਆ ਅਸੀਂ ਨੋਰਮਲੀ ਜਿਹੜਾ ਘਾਟ ਵਿੱਚ ਨੋਰਮਲੀ ਘੀ ਹੁੰਦਾ ਨਾ ਸੂਤੀ ਸ਼ਾਨ ਜੋ ਵੀ ਉਹ ਵੀ ਪਾ ਸਕਦੇ ਉਹਦਾ ਵੀ ਟੇਸਟ ਨਹੀਂ ਕਰ ਸਕਦਾ ਜ਼ਿਆਦਾ ਬਿਹਤਰ ਹੈ ਕਿ ਅਗਰ ਦੇਸੀ ਘੀ ਹੋਵੇ ਤਾਂ ਫਿਰ ਉਹਦਾ ਫਿਰ ਕਿਆ ਪਾ ਦਿਓ ਮੱਖਣ ਖੁਸ਼ਬੂ ਅੱਛੀ ਆਂਟੀ ਮੈਂ ਬਣਾਈ ਕਰਾਂਗਾ ਜੇ ਭਗਾਈ ਹੋਏਗੀ ਨਾ ਹੈਲੋ ਹਲਕੀ ਆਟੇ ਨੂੰ ਅਰੀ ਮੈਂ ਭੁਨਾਈ ਕਰਾਂਗਾ ਜਿਹੜੀ ਅਸਲ ਜਿਹੜਾ ਟੇਸਟ ਹੈ ਨਾ ਉਹ ਭੁਨਾਈ ਹੈ ਠੀਕ ਹੈ ਨਾ
ਉਹੀ ਟੇਸਟ ਕੱਢੇਗੀ। ਉਸ ਤੋਂ ਇਲਾਵਾ ਤੁਸੀਂ ਜੋ ਮਰਜ਼ੀ ਕਰਦੇ ਰਹੋ, ਕੁਛ ਵੀ ਨਹੀਂ ਹੋਣਾ। ਜਿਹੜੀ ਵਾਰੀ ਬਣਾਈ ਹੈ ਨਾ ਹਲਕੀ ਆਂਚ 'ਤੇ, ਉਹੀ ਹਾਂਡੀ ਨੂੰ ਖੂਬਸੂਰਤ ਅਤੇ ਜ਼ਾਇਕੇਦਾਰ ਬਣਾਉਂਦੀ ਹੈ। ਹਾਂਜੀ ਮਾਸ਼ਾਅੱਲਾ ਜੀ, ਮਾਸ਼ਾਅੱਲਾ ਹਲਕੀ ਆਂਚ 'ਤੇ ਮੈਂ ਪਕਾ ਰਿਹਾ ਗ੍ਰੇਵੀ, ਜਿਹੜੀ ਮੈਂ ਪਿਆਜ਼ ਟਮਾਟਰ ਵਗੈਰਾ ਜਿਹੜਾ ਸੀ ਪਾਇਆ ਉਹ ਚਿਕਨ ਦੇ ਨਾਲ ਲੱਗ ਚੁੱਕਿਆ ਹੈ। ਠੀਕ ਹੈ, ਥੱਲੇ ਹਲਕਾ ਹਲਕਾ ਲੱਗ ਰਿਹਾ, ਇਹੀ ਨਿਸ਼ਾਨੀ ਹੁੰਦੀ ਹੈ, ਅਸਲ ਚੀਜ਼ ਇਹੀ ਹੈ। ਲਾਈਟ ਹਲਕੀ ਅੱਗ 'ਤੇ ਤੁਸੀਂ ਉਹਨੂੰ ਜੋ ਵੀ ਹੈ ਤਵੇ 'ਤੇ ਅਗਰ ਪਕਾਓ ਜਾਂ ਕੋਈ ਕੜਾਹੀ ਵਗੈਰਾ 'ਚ ਪਕਾਓ, ਹਲਕੀ ਆਂਚ 'ਤੇ ਪਕਾਓਗੇ ਨਾ ਉਹਦਾ ਟੇਸਟ ਜ਼ਿਆਦਾ ਹੋਏਗਾ। ਹੁਣ ਇਹਦੇ ਵਿੱਚ ਅਸੀਂ ਦਹੀਂ ਪਾਵਾਂਗੇ। ਦਹੀਂ ਅਸੀਂ ਇੱਕ ਪਾਓ ਪਾਵਾਂਗੇ ਜੀ 250 ਗ੍ਰਾਮ। ਨਾਲ ਹੀ ਥੋੜ੍ਹਾ ਜਿਹਾ ਪਾਣੀ ਪਾ ਦੇਣਾ ਅਤੇ ਗੈਸ ਅਸੀਂ ਤੇਜ਼ ਕਰ ਦਿੰਦੇ ਹਾਂ। ਦਹੀਂ ਅਸੀਂ ਪਾ ਕੇ ਦਹੀਂ ਨੂੰ ਅਸੀਂ ਭੁੰਨ ਲਿੱਤਾ। ਠੀਕ ਹੈ, ਘੀ ਨਿਕਲ ਆਇਆ ਬਾਹਰ। ਹਾਂਜੀ ਚਿਕਨ ਸਾਡਾ ਤਿਆਰ ਹੋ ਗਿਆ, ਹੁਣ ਅਸੀਂ ਇਹਨੂੰ ਥੋੜ੍ਹਾ ਜਿਹਾ ਪਾਣੀ ਲਾ ਕੇ ਗੈਸ ਕਰ ਦਿੰਦੇ ਬਿਲਕੁਲ ਹਲਕੀ। ਅਸੀਂ ਪਾਵਾਂਗੇ ਮਸਾਲਾ ਜਾਤ, ਸਭ ਤੋਂ ਪਹਿਲੇ ਕਾਲੀ ਮਿਰਚ 2 ਚੁਟਕੀਆਂ, ਜ਼ੀਰਾ ਪੀਸਿਆ ਹੋਇਆ, ਕਾਲੀ ਮਿਰਚ ਨਹੀਂ ਪੀਸੀ ਹੋਈ, ਠੀਕ ਹੈ ਉਹ ਵੀ 2 ਚੁਟਕੀ, 1 ਚੁਟਕੀ ਗਰਮ ਮਸਾਲਾ ਜਿਹੜਾ ਘਰ ਦਾ ਨੋਰਮਲ ਹੀ ਗਰਮ ਮਸਾਲਾ ਹੁੰਦਾ, ਉਹ ਇੱਕ ਚੁਟਕੀ ਬਣ ਜਾਵੇ ਅਤੇ ਗਾਰਨਿਸ਼ ਵਾਸਤੇ, ਖੂਬਸੂਰਤੀ ਵਾਸਤੇ, ਜ਼ਾਇਕੇ ਵਾਸਤੇ ਹਰਾ ਧਨੀਆ। ਬਿਸਮਿਲਲਾਹ, ਹਾਂਜੀ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ, ਹੋਰ ਬਹੁਤ ਹੀ ਜ਼ਾਇਕੇਦਾਰ ਤਵਾ ਚਿਕਨ ਮਸਾਲਾ, ਜੋ ਨਾਨ ਦੇ ਨਾਲ, ਖਮੀਰੀਆਂ ਰੋਟੀਆਂ ਨਾਲ ਜਾਂ ਘਰ ਦੀਆਂ ਜਿਹੜੀਆਂ ਰੋਟੀਆਂ ਹੁੰਦੀਆਂ ਜ਼ਿਆਦਾ ਮਜ਼ਾ ਆਏਗਾ। ਤਿਲਾਂ ਵਾਲੇ ਕੁਲਚੇ ਹੋਣਗੀਆਂ, ਖਮੀਰੀਆਂ ਰੋਟੀਆਂ, ਉਹਨਾਂ ਨਾਲ ਹੀ ਬਹੁਤ ਮਜ਼ਾ ਆਏਗਾ ਇਹਨੂੰ ਖਾਣ ਦਾ। ਹੈਗਾ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੁਣ ਲਾਈਕ ਕਰੋ, ਸ਼ੇਅਰ ਕਰੋ, ਫੈਮਿਲੀ ਮੈਂਬਰ ਨਾਲ, ਦੋਸਤਾਂ ਨਾਲ ਅਤੇ ਭੈਣਾਂ ਭਰਾਵਾਂ ਨਾਲ। ਜਿਹੜਾ ਮੇਰਾ ਭੈਣ ਭਰਾ ਮੇਰੇ ਚੈਨਲ 'ਤੇ ਨਵਾਂ, ਉਹ ਮੇਰਾ ਚੈਨਲ ਸਬਸਕ੍ਰਾਈਬ ਕਰੋ, ਬੈਲ ਆਇਕਨ ਦਾ ਬਟਨ ਲਾਜ਼ਮੀ ਪ੍ਰੈਸ ਕਰਨਾ ਤਾਂ ਕਿ ਮੇਰੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ। ਕਾਕਾ ਤੋਂ ਇਜਾਜ਼ਤ, ਇਨਸ਼ਾਅੱਲਾ ਅਗਲੀ ਵੀਡੀਓ ਨਾਲ ਜਲਦੀ ਮਿਲਾਂਗੇ। ਅੱਲਾ ਹਾਫਿਜ਼।